ਪਟਿਆਲਾ ਪੁਲਿਸ ਨੂੰ ਅੱਜ ਦੋ ਵੱਡੀਆਂ ਸਫਲਤਾਵਾਂ ਹਾਸਲ ਹੋਈਆਂ ਨੇ। ਨਾਭਾ ਜੇਲ੍ਹ ਕਾਂਡ ਦਾ ਮੁੱਖ ਦੋਸ਼ੀ ਗੁਰਜੀਤ ਸਿੰਘ ਲਾਡਾ ਰਾਜਪੁਰ ਦੇ CIA ਸਟਾਫ ਦੇ ਹੱਥੇ ਚੜ ਗਿਆ। ਇਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਤੋਂ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਇਸ ਨੂੰ ਭੇਜ ਦਿੱਤਾ ਗਿਆ। ਪੁਲਿਸ ਸੂਤਰਾਂ ਨੇ ਦਾਅਵਾ ਕੀਤਾ ਕਿ ਲਾਡਾ ਵੱਲੋਂ ਸੂਚਨਾ ਦੇਣ 'ਤੇ ਬੱਬਰ ਖਾਲਸਾ ਦੇ ਦੋ ਦਹਿਸ਼ਤਗਰਦਾਂ ਨੂੰ ਵੀ UP ਦੇ ਲਖੀਮਪੁਰ ਤੋਂ ਗ੍ਰਿਫਤਾਰ ਕੀਤਾ ਗਿਆ। ਥਾਣਾ ਸਰਾਏ ਅਮਾਨਤ ਖਾਂ ਜ਼ਿਲ੍ਹਾ ਤਰਨ ਤਾਰਨ ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਪਜੈਰੋ ਗੱਡੀ, ਜਾਲੀ ਨੰਬਰ ਵਾਲੀ 30 ਬੋਰ ਪਿਸਟਲ, 40 ਰੌਂਦ, ਜਾਲੀ ਵੋਟਰ ਕਾਰਡ, 1 ਪੈਨ ਕਾਰਡ ਅਤੇ ਜਾਲੀ ਪਾਸਪੋਰਟ ਅਤੇ ਹੋਰ ਕਈ ਦਸਤਾਵੇਜ਼ ਇਸ ਤੋਂ ਬਰਾਮਦ ਕੀਤੇ। ਇਹ ਜੇਲ੍ਹ ਬ੍ਰੇਕ ਦਾ ਮੁਲਜ਼ਮ ਸੀ। ਇਹਨੂੰ ਰਾਤ ਨਾਕਾਬੰਦੀ ਦੌਰਾਨ ਇੰਸਪੈਕਟਰ ਵਿਕਰਮ ਸਿੰਘ ਨੇ ਸਦਰ ਰਾਜਪੁਰੇ 'ਚ ਮੁਕੱਦਮਾ ਨੰਬਰ 50 ਅੰਡਰ ਸੈਕਸ਼ਨ 357, 353, 5569 ਵਗੈਰਾ ਨਾਲ ਗ੍ਰਿਫਤਾਰ ਕੀਤਾ। ਇਹ 'ਚ ਜੇਲ੍ਹ ਬ੍ਰੇਕ ਆਉਣ 'ਚ ਇਹਦੀ ਮੇਨ ਭੂਮਿਕਾ ਸੀ। ਹਾਂਜੀ, ਬਾਕੀ ਤਫਤੀਸ਼ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਉਹ ਤੁਹਾਨੂੰ ਦੱਸਾਂ।